ਕੁਲ ਮੰਗ ਤੇ ਕੁਲ ਪੂਰਤੀ ਅਤੇ ਉਸ ਨਾਲ ਸੰਬੰਧਿਤ ਧਾਰਨਾਵਾਂ। ਆਪਾਂ ਪਿਛਲੇ ਹਫਤੇ ਕੁਲ ਮੰਗ ਤੇ ਕੁਲ ਪੂਰਤੀ ਬਾਰੇ ਪੜ੍ਹਿਆ ਸੀਗਾ। ਉਮੀਦ ਹੈ ਕਿ ਤੁਸੀਂ ਇਸ ਨੂੰ ਰਿਵਾਈਜ਼ ਕਰਕੇ ਆਏ ਹੋਗੇ। ਅੱਜ ਆਪਾਂ ਨੇ ਪੜ੍ਹਨੇ ਹੈ ਕੁਲ ਮੰਗ ਦੇ ਤੱਤ। ਕੁਲ ਮੰਗ ਦੇ ਬੱਚਿਓ ਦੋ ਤੱਤ ਹੁੰਦੇ ਹੈ, ਉਪਭੋਗ ਅਤੇ ਨਿਵੇਸ਼। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਹੈ ਕਿ ਉਪਭੋਗ ਕਿਸ ਨੂੰ ਕਹਿੰਦੇ ਹੈ। ਉਪਭੋਗ ਤੋਂ ਭਾਵ ਹੈ ਕਿ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਦੇ ਲਈ ਜੋ ਵਸਤੂਆਂ ਖਰੀਦਦਾ ਉਸਨੂੰ ਕੀ ਕਿਹਾ ਜਾਂਦਾ? ਉਪਭੋਗ ਕਿਹਾ ਜਾਂਦਾ। ਜਿਵੇਂ ਮੰਨ ਲਓ ਕਿਸੇ ਵਿਅਕਤੀ ਦੀ 5,000 ਰੁਪਇਆ ਮੰਥਲੀ ਇਨਕਮ ਹੈ, ਉਸਦੇ ਵਿੱਚੋਂ 4,000 ਰੁਪਇਆ ਉਹ ਆਪਣੀਆਂ ਜ਼ਰੂਰਤਾਂ 'ਤੇ ਖਰਚ ਕਰ ਦਿੰਦਾ, ਤਾਂ ਉਸਨੂੰ ਬੱਚੇ ਆਪਾਂ ਕੀ ਕਹਾਂਗੇ? ਉਪਭੋਗ ਕਹਾਂਗੇ। ਇਸ ਦੇ ਨਾਲ ਜਿਸ ਪੈਸੇ ਦੇ ਨਾਲ ਸਾਡੀਆਂ ਲੋੜਾਂ ਦੀ ਸੰਤੁਸ਼ਟੀ ਹੁੰਦੀ ਹੈ ਉਸਨੂੰ ਕੀ ਕਿਹਾ ਜਾਂਦਾ? ਉਪਭੋਗ ਕਿਹਾ ਜਾਂਦਾ। ਉਪਭੋਗ ਹੈ ਜਿਹੜਾ ਕਿਸ 'ਤੇ ਨਿਰਭਰ ਕਰਦਾ ਹੈ? ਸਾਡੀ ਆਮਦਨ 'ਤੇ ਨਿਰਭਰ ਕਰਦਾ ਹੈ। ਉਪਭੋਗ ਫਲਨ ਕੀ ਹੈ? ਜਿਸ ਦੇ ਵਿੱਚ ਉਪਭੋਗ ਅਤੇ ਆਮਦਨ ਦੇ ਸੰਬੰਧ ਦੇ ਬਾਰੇ ਦੇ ਵਿੱਚ ਅਸੀਂ ਜਾਣਦੇ ਹੈਗੇ ਹਾਂ। ਜਿਵੇਂ ਇਸ ਤਰ੍ਹਾਂ ਦੇਖਦੇ ਹਾਂ, ਸੀ ਇਜ਼ ਇਕੁਅਲ ਸਾਡੇ ਕੋਲ ਕੀ ਹੈ? ਸੀ ਇਜ਼ ਏ ਫੰਕਸ਼ਨ ਆਫ ਵਾਈ। ਵਾਈ ਕੀ ਹੈ? ਅਸੀਂ ਕੀ ਕਹਿੰਦੇ ਹਾਂ ਇਸਨੂੰ? ਇਨਕਮ ਕਹਿੰਦੇ ਹਾਂ, ਆਮਦਨ ਹੈ। ਸਾਡੀ ਜਿਹੜੀ ਕੰਜਮਸ਼ਨ ਹੈ ਉਹ ਕਿਸ ਦੇ ਉੱਪਰ ਨਿਰਭਰ ਕਰਦੀ ਹੈ? ਸਾਡੀ ਆਮਦਨ 'ਤੇ ਨਿਰਭਰ ਕਰਦੀ ਹੈ। ਉਪਭੋਗ ਹੈ ਜਿਹੜਾ ਸਾਡੀ ਆਮਦਨ ਦਾ ਫਲਨ ਹੈਗਾ। ਉਪਭੋਗ ਕੀ ਹੈ? ਅਸੀਂ ਦੇਖਦੇ ਹਾਂ ਅਸੀਂ ਆਮਦਨ ਦੇ ਵਿੱਚੋਂ ਕਿੰਨਾ ਪੈਸਾ ਖਰਚ ਕਰਨਾ ਚਾਹੁੰਦੇ ਹਾਂ। ਉਪਭੋਗ ਫਲਨ ਕੀ ਹੈ? ਇਸ ਦੇ ਵਿੱਚ ਅਸੀਂ ਆਮਦਨ ਅਤੇ ਉਪਭੋਗ ਦੇ ਸੰਬੰਧ ਦੇ ਬਾਰੇ ਦੇ ਵਿੱਚ ਪੜ੍ਹਦੇ ਹਾਂ। ਬੱਚਿਓ, ਪਿਛਲੇ ਹਫਤੇ ਆਪਾਂ ਨੇ ਇੱਕ ਸ਼ਡਿਊਲ ਕੀਤਾ ਸੀਗਾ, ਉਸ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਬੇਸ਼ੱਕ ਕਿਸੇ ਵਿਅਕਤੀ ਦੀ ਆਮਦਨ 0 ਵੀ ਹੋਵੇ, ਪਰ ਫਿਰ ਵੀ ਉਹ ਉਪਭੋਗ ਦੇ ਉੱਪਰ ਖਰਚ ਕਰਦਾ। ਚਾਹੇ ਉਹ ਕਿਸੇ ਵਿਅਕਤੀ ਤੋਂ ਉਧਾਰ ਲੈ ਲਵੇ, ਚਾਹੇ ਉਸ ਪਾਸ ਜੋ ਪੁਰਾਣੀ ਬੱਚਤ ਪਈ ਹੈ ਉਸ ਦੇ ਵਿੱਚੋਂ ਖਰਚ ਕਰ ਦੇਵੇ। ਆਮਦਨ 0 ਹੋਣ ਦੇ ਬਾਵਜੂਦ ਵੀ ਉਪਭੋਗ ਦੇ ਉੱਪਰ ਖਰਚ ਹੈ ਜਿਹੜਾ ਉਹ ਕੀਤਾ ਜਾਂਦਾ ਹੈ, ਕਿਉਂਕਿ ਹਰੇਕ ਵਿਅਕਤੀ ਨੂੰ ਜ਼ਿੰਦਾ ਰਹਿਣ ਦੇ ਲਈ ਕੁਝ ਨਾ ਕੁਝ ਖਾਣ ਲਈ ਚਾਹੀਦਾ। ਅਸੀਂ ਦੇਖਦੇ ਹਾਂ ਜੋ ਸਾਡੀ ਆਮਦਨ ਰੇਖਾ ਹੈ, ਦੇਖੋ ਉਹ ਤੋਂ ਸ਼ੁਰੂ ਹੋਈ, 0 ਤੋਂ ਸ਼ੁਰੂ ਹੋਈ ਵੀ ਹੈ, ਕਿਉਂਕਿ ਆਮਦਨ 0 ਹੈ। ਪਰ ਸੀ ਰੇਖਾ ਜਿਸ ਨੂੰ ਤੁਸੀਂ ਉਪਭੋਗ ਰੇਖਾ ਕਹਿੰਦੇ ਹੈ, ਇਹ ਸਾਡੀ ਉੱਪਰ ਹੈ, ਕਿਉਂਕਿ 0 ਆਮਦਨ ਹੋਣ ਦੇ ਬਾਵਜੂਦ ਵੀ ਉਪਭੋਗ ਹੈ ਜਿਹੜਾ ਅਸੀਂ ਕਰਦੇ ਹੈਗੇ ਹਾਂ। ਅਸੀਂ ਦੇਖਦੇ ਹਾਂ ਆਮਦਨ ਰੇਖਾ ਵੀ ਸਾਡੀ ਵੱਧਦੀ ਜਾ ਰਹੀ ਹੈ, ਆਮਦਨ ਵੱਧ ਰਹੀ ਹੈ, ਅਤੇ ਸੀ ਰੇਖਾ ਉਪਭੋਗ ਰੇਖਾ ਇਹ ਵੀ ਸਾਡੀ ਵੱਧਦੀ ਜਾ ਰਹੀ ਹੈ। ਪਰ ਅਸੀਂ ਦੇਖਦੇ ਹੈਗੇ ਹਾਂ ਕਿ ਉਪਭੋਗ ਹੈ ਜਿਹੜਾ ਉਹ ਜ਼ਿਆਦਾ ਕੀਤਾ ਜਾਂਦਾ, ਪਰ ਆਮਦਨ ਸਾਡੀ ਹੈਗੀ ਹੈ ਘੱਟ ਹੈਗੀ ਹੈ। ਜਦੋਂ ਬੱਚੇ ਉਹ ਸਾਡੀ ਆਮਦਨ ਘੱਟ ਹੋਏਗੀ ਪਰ ਅਸੀਂ ਉਪਭੋਗ 'ਤੇ ਜ਼ਿਆਦਾ ਖਰਚ ਕਰਾਂਗੇ, ਸਾਡੀ ਬੱਚਤ ਕੀ ਹੋਏਗੀ? ਰਿਣਾਤਮਕ ਹੋਏਗੀ। ਇਸ ਕਰਕੇ ਅਸੀਂ ਦੇਖਦੇ ਹਾਂ ਮਾਈਨਸ ਐੱਸ ਮੀਨਸ ਬੱਚਤ ਕੀ ਹੈ ਸਾਡੀ ਇੱਥੇ? ਰਿਣਾਤਮਕ ਹੈ, ਕਿਉਂਕਿ ਉਪਭੋਗ ਦੇ ਉੱਪਰ ਜ਼ਿਆਦਾ ਖਰਚ ਕਰ ਰਹੇ ਹਾਂ, ਅਤੇ ਆਮਦਨ ਕੀ ਹੈਗੀ ਹੈ ਸਾਡੀ? ਘੱਟ ਹੈਗੀ ਹੈ। ਕਿਉਂ ਪੁਆਇੰਟ 'ਤੇ ਸਾਡਾ ਉਪਭੋਗ ਅਤੇ ਆਮਦਨ ਦੋਨੋਂ ਹੀ ਬਰਾਬਰ ਹੋ ਜਾਂਦੇ ਹੈ, ਜਿਸ ਨੂੰ ਤੁਸੀਂ ਬ੍ਰੇਕ ਈਵਨ ਪੁਆਇੰਟ ਵੀ ਕਹਿੰਦੇ ਹੈ, ਜਾਂ ਅਸੀਂ ਇਸਨੂੰ ਲਾਭ ਅਲਾਭ ਸਮਸਤਰ ਬਿੰਦੂ ਵੀ ਕਹਿ ਦਿੰਦੇ ਹਾਂ, ਕਿਉਂਕਿ ਸਾਡਾ ਇੱਥੇ ਉਪਭੋਗ ਅਤੇ ਆਮਦਨ ਹੈ ਜਿਹੜੇ ਦੋਨੋਂ ਹੀ ਬਰਾਬਰ ਹੋ ਜਾਂਦੇ ਹੈ। ਇਸ ਤੋਂ ਬਾਅਦ ਕਿਉਂ ਪੁਆਇੰਟ ਤੋਂ ਬਾਅਦ ਅਸੀਂ ਦੇਖਦੇ ਹਾਂ ਸਾਡੀ ਆਮਦਨ ਰੇਖਾ ਉੱਪਰ ਵੱਲ ਨੂੰ ਵੱਧ ਰਹੀ ਹੈ, ਪਰ ਉਪਭੋਗ ਰੇਖਾ ਵੀ ਵੱਧ ਰਹੀ ਹੈ। ਆਮਦਨ ਸਾਡੀ ਜ਼ਿਆਦਾ ਹੈ ਪਰ ਅਸੀਂ ਉਪਭੋਗ 'ਤੇ ਘੱਟ ਖਰਚ ਕਰਦੇ ਹਾਂ। ਜਦੋਂ ਬੱਚਿਓ ਸਾਡੀ ਆਮਦਨ ਅਤੇ ਉਪਭੋਗ ਦੋਨੋਂ ਬਰਾਬਰ ਹੋ ਜਾਂਦੇ ਹੈ, ਸਾਡੀਆਂ ਜ਼ਰੂਰਤਾਂ ਜੋ ਕੰਫਰਟੇਬਲ ਗੁੱਡਸ ਵਗੈਰਾ ਸਾਰੀਆਂ ਅਸੀਂ ਪੂਰੀਆਂ ਕਰ ਲੈਂਦੇ ਹਾਂ, ਤਾਂ ਇੱਕ ਸਟੇਜ ਤੋਂ ਬਾਅਦ ਅਸੀਂ ਜਦੋਂ ਆਮਦਨ ਵੱਧਦੀ ਹੈਗੀ ਹੈ ਅਸੀਂ ਬੱਚਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਈ ਕਿਉ ਪੁਆਇੰਟ 'ਤੇ
ਸੱਜੇ ਪਾਸੇ ਬੱਚਤ ਕੀ ਹੈ ਸਾਡੀ ਪੋਜ਼ਿਟਿਵ ਹੈ ਮੀਨਸ ਅਸੀਂ ਇਸ ਕਿਊ ਪੁਆਇੰਟ ਤੋਂ ਬਾਅਦ ਬੱਚਤ ਹੈ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਊ ਪੁਆਇੰਟ ਤੋਂ ਪਹਿਲਾਂ ਸਾਡੀ ਬੱਚਤ ਰਿਣਾਤਮਕ ਸੀ ਕਿਉਂਕਿ ਅਸੀਂ ਉਪਭੋਗਤੇ ਜ਼ਿਆਦਾ ਖਰਚ ਕਰਦੇ ਸੀ ਅਤੇ ਆਮਦਨ ਸਾਡੀ ਘੱਟ ਹੁੰਦੀ ਸੀ ਅੱਗੇ ਬੱਚਿਓ ਉਪਭੋਗ ਪ੍ਰਵਿਰਤੀ ਦੇਖੋ ਅਸੀਂ ਉਪਭੋਗ ਪੜ੍ਹਿਆ ਉਪਭੋਗ ਫਲਨ ਪੜ੍ਹਿਆ ਉਪਭੋਗ ਪ੍ਰਵਿਰਤੀ ਪੜ੍ਹਿਆ ਉਪਭੋਗ ਪ੍ਰਵਿਰਤੀ ਕੀ ਹੈ ਇਸ ਦੇ ਵਿੱਚ ਅਸੀਂ ਆਮਦਨ ਦੇ ਜੋ ਅਲੱਗ ਅਲੱਗ ਪੱਧਰ ਹੈ ਉਹਨਾਂ ਦੇ ਉੱਪਰ ਅਸੀਂ ਦੇਖਦੇ ਹਾਂ ਸਾਡਾ ਉਪਭੋਗ ਹੈ ਜਿਹੜਾ ਉਹ ਅਲੱਗ ਅਲੱਗ ਹੁੰਦਾ ਜਾਂਦਾ ਹੈ ਜਿਵੇਂ ਜਿਵੇਂ ਸਾਡੀ ਦੇਖਦੇ ਹਾਂ ਕਿ ਆਮਦਨ ਵੱਧਦੀ ਜਾਂਦੀ ਹੈ ਉਪਭੋਗ ਵੀ ਅਸੀਂ ਦੇਖਦੇ ਸੀ ਕਿ ਵੱਧਦਾ ਜਾਂਦਾ ਸੀ ਉਪਭੋਗ ਪ੍ਰਵਿਰਤੀ ਦੇ ਵਿੱਚ ਅਸੀਂ ਆਮਦਨ ਅਤੇ ਉਪਭੋਗ ਦੇ ਅਨੁਪਾਤ ਦੇ ਬਾਰੇ ਵਿੱਚ ਪੜ੍ਹਨਾ ਹੈ ਉਪਭੋਗ ਪ੍ਰਵਿਰਤੀ ਬੱਚਿਓ ਦੋ ਤਰ੍ਹਾਂ ਦੀ ਹੁੰਦੀ ਹੈ ਔਸਤ ਉਪਭੋਗ ਪ੍ਰਵਿਰਤੀ ਅਤੇ ਦੂਸਰੀ ਕਿਹੜੀ ਹੈਗੀ ਹੈ ਸਾਡੇ ਕੋਲ ਸੀਮਾਂਤ ਉਪਭੋਗ ਪ੍ਰਵਿਰਤੀ ਔਸਤ ਭੋਗ ਪ੍ਰਵਿਰਤੀ ਦਾ ਕੀ ਫਾਰਮੂਲਾ ਹੈ ਐਵਰੇਜ ਪ੍ਰਪੈਂਸਿਟੀ ਟੂ ਕੰਜ਼ਿਊਮ ਇਜ਼ ਇਕੁਅਲ ਸੀ ਓਵਰ ਵਾਈ ਸੀ ਦਾ ਕੀ ਅਰਥ ਹੈ ਕੰਜਮਸ਼ਨ ਵਾਈ ਦਾ ਅਰਥ ਕੀ ਹੈਗਾ ਇਨਕਮ ਅਸੀਂ ਉਪਭੋਗ ਕਿੱਥੋਂ ਕਰਦੇ ਹਾਂ ਆਮਦਨ ਦੇ ਵਿੱਚੋਂ ਕਰਦੇ ਹੈਗੇ ਹੈ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ ਔਸਤ ਭੋਗ ਪ੍ਰਵਿਰਤੀ ਨੈਕਸਟ ਹੈ ਸੀਮਾਂਤ ਭੋਗ ਪ੍ਰਵਿਰਤੀ ਸੀਮਾਂਤ ਭੋਗ ਪ੍ਰਵਿਰਤੀ ਦਾ ਬੱਚਿਓ ਅਰਥ ਹੈ ਕਿ ਜਦੋਂ ਆਮਦਨ ਵਿੱਚ ਪਰਿਵਰਤਨ ਆਉਂਦਾ ਤਾਂ ਸਾਡੇ ਉਪਭੋਗ ਦੇ ਵਿੱਚ ਵੀ ਪਰਿਵਰਤਨ ਆਉਂਦਾ ਮਾਰਜੀਨਲ ਪ੍ਰਪੈਂਸਿਟੀ ਟੂ ਕੰਜ਼ਿਊਮ ਇਜ਼ ਇਕੁਅਲ ਡੈਲਟਾ ਸੀ ਓਵਰ ਡੈਲਟਾ ਵਾਈ ਇਹ ਫਾਰਮੂਲਾ ਬੱਚਿਓ ਆਪਣੀ ਕਾਪੀਆਂ 'ਤੇ ਉਤਾਰ ਲਓ ਅਸੀਂ ਹੁਣ ਦੇਖਦੇ ਹਾਂ ਔਸਤ ਭੋਗ ਪ੍ਰਵਿਰਤੀ ਕਿਸ ਨੂੰ ਕਹਿੰਦੇ ਹੈ ਬੱਚੇ ਜਦੋਂ ਵੀ ਅਸੀਂ ਔਸਤ ਪਤਾ ਕਰਦੇ ਹਾਂ ਅਸੀਂ ਹਮੇਸ਼ਾ ਕੁੱਲ ਦੇਖਦੇ ਹਾਂ ਕੁੱਲ ਉਪਭੋਗ ਅਤੇ ਕੁੱਲ ਆਮਦਨ ਦੇ ਬਾਰੇ ਵਿੱਚ ਦੇਖਦੇ ਹਾਂ ਕੁੱਲ ਉਪਭੋਗ ਅਤੇ ਕੁੱਲ ਆਮਦਨ ਦਾ ਜੋ ਅਨੁਪਾਤ ਹੋਊਗਾ ਉਸਨੂੰ ਕੀ ਕਿਹਾ ਜਾਂਦਾ ਔਸਤ ਭੋਗ ਪ੍ਰਵਿਰਤੀ ਕਿਹਾ ਜਾਂਦਾ ਔਸਤ ਭੋਗ ਪ੍ਰਵਿਰਤੀ ਇਜ਼ ਇਕੁਅਲ ਉਪਭੋਗ ਬਟਾ ਕੀ ਹੈ ਸਾਡੀ ਆਮਦਨ ਹੈਗੀ ਹੈ ਅਸੀਂ ਆਮਦਨ ਦੇ ਵਿੱਚੋਂ ਉਪਭੋਗ ਨੂੰ ਜਿਹੜਾ ਹੈਗਾ ਖਰਚ ਕਰਦੇ ਹਾਂ ਏ ਪੀ ਸੀ ਸੀ ਓਵਰ ਵਾਈ ਅੱਗੇ ਬੱਚਿਓ ਸਾਡੀ ਜਿਹੜੀ ਔਸਤ ਭੋਗ ਪ੍ਰਵਿਰਤੀ ਹੈ ਇਸਦਾ ਅਸੀਂ ਸ਼ਡਿਊਲ ਅਤੇ ਡਾਇਗ੍ਰਾਮ ਦੇਖੀਏ ਦੇਖੋ ਪਹਿਲਾਂ ਸਾਡੀ ਆਮਦਨ 100 ਕਰੋੜ ਰੁਪਏ ਹੈ 100 ਕਰੋੜ ਦੇ ਵਿੱਚੋਂ ਤੁਸੀਂ ਉਪਭੋਗ 'ਤੇ ਕਿੰਨਾ ਖਰਚ ਕਰਦੇ ਹੋ 80 ਕਰੋੜ ਰੁਪਇਆ ਖਰਚ ਕਰਦੇ ਹੋ ਅਤੇ ਜਦੋਂ ਤੁਸੀਂ ਔਸਤ ਭੋਗ ਪ੍ਰਵਿਰਤੀ ਦਾ ਫਾਰਮੂਲਾ ਪੜ੍ਹਿਆ ਸੀ ਕੀ ਸੀ ਸੀ ਓਵਰ ਵਾਈ ਮੀਨਸ ਉਪਭੋਗ ਬਟਾ ਆਮਦਨ ਉਪਭੋਗ ਕਿੰਨਾ ਹੈ 80 ਅਤੇ ਆਮਦਨ ਕਿੰਨੀ ਹੈ ਸਾਡੀ 100 ਕਰੋੜ ਰੁਪਇਆ ਜੇਕਰ ਅਸੀਂ 80 ਕਰੋੜ ਅਤੇ 100 ਕਰੋੜ ਰੁਪਇਆ 80/100 ਕਰ ਦਾਂਗੇ ਸਾਡੀ ਔਸਤ ਭੋਗ ਪ੍ਰਵਿਰਤੀ ਕਿੰਨੀ ਆ ਜਾਏਗੀ 0.8 ਆ ਜਾਏਗੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ 100 ਕਰੋੜ ਤੋਂ ਸਾਡੀ ਆਮਦਨ ਵੱਧ ਕੇ 200 ਕਰੋੜ ਰੁਪਇਆ ਹੋ ਗਈ ਜਦੋਂ ਆਮਦਨ ਵੱਧਦੀ ਹੈ ਤਾਂ ਬੱਚੇ ਉਪਭੋਗ ਵੀ ਵੱਧਦਾ 200 ਦੇ ਵਿੱਚੋਂ ਅਸੀਂ ਹੁਣ ਕਿੰਨਾ ਖਰਚ ਕਰਨ ਲੱਗ ਪਏ ਹੈ 120 ਕਰੋੜ ਰੁਪਇਆ ਸਾਡੀ ਔਸਤ ਭੋਗ ਪ੍ਰਵਿਰਤੀ ਕੀ ਹੋ ਜਾਏਗੀ 120/200 ਮੀਨਸ 0.6 ਸਾਡੀ ਕੀ ਆ ਗਈ ਹੈ ਇਹ ਔਸਤ ਭੋਗ ਪ੍ਰਵਿਰਤੀ ਹੈ ਇਹ ਸਾਡਾ ਫਾਰਮੂਲਾ ਸੀ ਸੀ ਓਵਰ ਵਾਈ ਅਸੀਂ ਇਸਨੂੰ ਹੀ ਡਾਇਗ੍ਰਾਮ ਵਿੱਚ ਦੇਖੀਏ ਓ ਐਕਸ 'ਤੇ ਅਸੀਂ ਆਮਦਨ ਲਈ ਹੈ ਓ ਵਾਈ 'ਤੇ ਕੀ ਹੈ ਸਾਡੀ ਕੰਜਮਸ਼ਨ ਹੈਗੀ ਹੈ ਪਹਿਲਾਂ ਸਾਡੀ ਆਮਦਨ ਕਿੰਨੀ ਹੈ 100 ਕਰੋੜ ਰੁਪਇਆ ਆਮਦਨ 100 ਕਰੋੜ ਰੁਪਏ ਹੈ ਅਤੇ ਉਪਭੋਗ 'ਤੇ ਕਿੰਨਾ ਖਰਚ ਕਰ ਰਹੇ ਹੋ 80 ਕਰੋੜ ਰੁਪਇਆ ਖਰਚ ਕਰ ਰਹੇ ਹੋ ਇੱਥੇ ਏ ਪੀ ਸੀ ਸਾਡੀ ਕਿੰਨੀ ਹੈ 0.8 ਹੈ ਜਦੋਂ ਆਮਦਨ ਵੱਧ ਕੇ 200 ਕਰੋੜ ਰੁਪਇਆ ਹੋ ਜਾਂਦੀ ਹੈ ਸਾਡਾ ਉਪਭੋਗ ਕਿੰਨਾ ਹੁੰਦਾ 120 ਕਰੋੜ ਰੁਪਇਆ ਹੁੰਦਾ ਤਾਂ ਸਾਡੀ ਔਸਤ ਉਪਭੋਗ ਪ੍ਰਵਿਰਤੀ ਕਿੰਨੀ ਆ ਗਈ ਹੈ 0.6 ਆ ਗਈ ਹੈ ਜਦੋਂ ਬੱਚਿਓ ਅਸੀਂ ਇਸ ਏ ਔਰ ਬੀ ਦੋਨੋਂ ਪੁਆਇੰਟਸ ਨੂੰ ਮਿਲਾ ਦਾਂਗੇ ਸਾਡੇ ਕੋਲ ਸੀ ਸੀ ਰੇਖਾ ਜਿਹੜੀ ਹੈਗੀ ਹੈ ਉਹ ਬਣ ਜਾਏਗੀ ਉਪਭੋਗ ਰੇਖਾ ਬਣ ਜਾਏਗੀ ਇਹ ਬੱਚਿਓ ਡਾਇਗ੍ਰਾਮ ਅਤੇ ਟੇਬਲ ਆਪਣੀਆਂ ਕਾਪੀਜ਼ 'ਤੇ ਡਰਾ ਕਰ ਲਓ
ਅੱਗੇ ਬੱਚਿਓ ਸੀਮਾਂਤ ਉਪਭੋਗ ਪ੍ਰਵਿਰਤੀ। ਸੀਮਾਂਤ ਦਾ ਕੀ ਅਰਥ ਹੈ ਕਿ ਆਮਦਨ ਦੇ ਵਿੱਚ ਪਰਿਵਰਤਨ। ਜਦੋਂ ਆਮਦਨ ਦੇ ਵਿੱਚ ਪਰਿਵਰਤਨ ਹੋਊਗਾ ਤਾਂ ਸਾਡਾ ਉਪਭੋਗ ਵੀ ਬਦਲੇਗਾ, ਉਸ ਵਿੱਚ ਵੀ ਪਰਿਵਰਤਨ ਆਊਗਾ। ਜੋ ਦੋਨਾਂ ਦਾ ਅਨੁਪਾਤ ਹੋਏਗਾ ਉਸਨੂੰ ਕੀ ਕਿਹਾ ਜਾਂਦਾ ਹੈ? ਸੀਮਾਂਤ ਉਪਭੋਗ ਪ੍ਰਵਿਰਤੀ ਕਿਹਾ ਜਾਂਦਾ ਹੈ। MPC ਇਜ਼ ਇਕੁਅਲ ΔC ਓਵਰ ΔY। ΔC ਦਾ ਬੱਚਿਓ ਕੀ ਮਤਲਬ ਹੈ? ਉਪਭੋਗ ਦੇ ਵਿੱਚ ਪਰਿਵਰਤਨ। ΔY ਦਾ ਕੀ ਮਤਲਬ ਹੈ? ਆਮਦਨ ਦੇ ਵਿੱਚ ਪਰਿਵਰਤਨ ਹੁੰਦਾ ਹੈ। ਜੇਕਰ ਅਸੀਂ ਇਸ ਨੂੰ ਦੇਖੀਏ ਕਿ ਸਾਡੀ ਆਮਦਨ ਦੇ ਵਿੱਚ ਪਰਿਵਰਤਨ 200 ਆਇਆ ਅਤੇ ਉਪਭੋਗ ਦੇ ਵਿੱਚ ਪਰਿਵਰਤਨ ਹੈ ਜਿਹੜਾ ਸਾਡੇ ਕੋਲ 100 ਆਇਆ, ਤਾਂ ਅਸੀਂ ਦੇਖਾਂਗੇ ਸਾਡੀ MPC ਕਿੰਨੀ ਹੋ ਜਾਏਗੀ? 0.5 ਹੋ ਜਾਏਗੀ। ਮੰਨ ਲਓ ਕਿ ਸਾਡੀ ਪਹਿਲਾਂ ਆਮਦਨ 700 ਰੁਪਇਆ ਪਰ ਮੰਥ ਹੈਗੀ ਹੈ ਅਤੇ ਉਸ ਤੋਂ ਬਾਅਦ ਵੱਧ ਕੇ ਸਾਡੀ ਆਮਦਨ 900 ਰੁਪਇਆ ਹੋ ਜਾਂਦੀ ਹੈ। ਆਮਦਨ ਦੇ ਵਿੱਚ ਕਿੰਨਾ ਪਰਿਵਰਤਨ ਆਇਆ? 200 ਰੁਪਇਆ ਆਇਆ। ਉਪਭੋਗ ਪਹਿਲਾਂ ਅਸੀਂ 700 ਦੇ ਵਿੱਚੋਂ 500 ਰੁਪਇਆ ਖਰਚ ਕਰਦੇ ਸੀਗੇ ਉਪਭੋਗ ਦੇ ਉੱਪਰ, ਅਤੇ ਹੁਣ ਅਸੀਂ ਉਪਭੋਗ ਦੇ ਉੱਪਰ 600 ਰੁਪਇਆ ਖਰਚ ਕਰਨ ਲੱਗ ਪਏ ਹਾਂ ਅਤੇ ਉਪਭੋਗ ਦੇ ਵਿੱਚ ਕਿੰਨਾ ਪਰਿਵਰਤਨ ਆਇਆ? 100 ਰੁਪਏ ਦਾ। ਇਸ ਕਰਕੇ ਸਾਡੀ MPC ਕੀ ਹੋ ਜਾਏਗੀ? 100/200 ਹੋ ਜਾਏਗੀ। ਕਿੰਨੀ ਆ ਗਈ? 0.5 ਆ ਗਈ ਹੈ। ਬੱਚੇ MPC ਹੈ ਜਿਹੜੀ, ਇਹ ਹਮੇਸ਼ਾ 0 ਤੋਂ ਵੱਧ ਹੁੰਦੀ ਹੈ ਅਤੇ 1 ਤੋਂ ਇਹ ਘੱਟ ਜਿਹੜੀ ਹੈ ਹੁੰਦੀ ਹੈ। ਇਸ ਦਾ ਸੀਮਾਂਤ ਭੋਗ ਪ੍ਰਵਿਰਤੀ ਦਾ ਡਾਇਗ੍ਰਾਮ ਅਤੇ ਟੇਬਲ, ਆਮਦਨ ਦੇਖੋ 100 ਕਰੋੜ ਰੁਪਇਆ। ਪਹਿਲੇ ਸਾਡਾ ਕੋਈ ਪਰਿਵਰਤਨ ਨਹੀਂ ਹੈ, ਸਟਾਰਟਿੰਗ ਦੇ ਵਿੱਚ ਸਾਡੀ ਆਮਦਨ ਕਿੰਨੀ ਹੈ? 100 ਕਰੋੜ ਰੁਪਇਆ। ਉਪਭੋਗ ਦੇ ਉੱਪਰ ਤੁਸੀਂ ਕਿੰਨਾ ਖਰਚ ਕਰ ਰਹੇ ਹੋ? 80 ਕਰੋੜ ਰੁਪਏ ਖਰਚ ਕਰਦੇ ਹੋ, ਅਤੇ ਭੋਗ ਦੇ ਵਿੱਚ ਪਰਿਵਰਤਨ ਵੀ ਸਾਡਾ ਕੋਈ ਨਹੀਂ ਅਤੇ MPC ਵੀ ਸਾਡੀ ਕੀ ਹੈ? ਨੀਲ ਆ ਰਹੀ ਹੈ। ਆਮਦਨ ਸਾਡੀ ਵੱਧ ਕੇ 100 ਕਰੋੜ ਤੋਂ ਕਿੰਨੀ ਹੋ ਗਈ ਹੈ? 200 ਕਰੋੜ ਰੁਪਇਆ। ਕਿੰਨਾ ਬੱਚਿਓ ਪਰਿਵਰਤਨ ਆਇਆ? 100 ਕਰੋੜ ਰੁਪਏ ਦਾ ਪਰਿਵਰਤਨ ਆਇਆ। ਦੇਖੋ ਆਮਦਨ ਵਿੱਚ ਪਰਿਵਰਤਨ ਕਿੰਨਾ ਲਿਖਿਆ ਹੋਇਆ? 100। ਉਪਭੋਗ ਪਹਿਲਾਂ ਅਸੀਂ 80 ਕਰੋੜ ਰੁਪਇਆ ਖਰਚ ਕਰਦੇ ਸੀਗੇ, ਹੁਣ ਕਿੰਨਾ ਕਰ ਰਹੇ ਹੋ? 120 ਕਰੋੜ ਰੁਪਇਆ। ਅਤੇ ਕਿੰਨਾ ਉਪਭੋਗ ਦੇ ਵਿੱਚ ਪਰਿਵਰਤਨ ਆਇਆ? 120 ਚੋਂ 80 ਮਾਈਨਸ ਕਰਕੇ 40 ਆ ਜਾਏਗਾ। ਅਤੇ ਅਸੀਂ ਸੀਮਾਂਤ ਭੋਗ ਪ੍ਰਵਿਰਤੀ ਕਿਵੇਂ ਪਤਾ ਕਰਨੀ ਹੈ? ΔC ਓਵਰ ΔY। ਉਪਭੋਗ ਵਿੱਚ ਪਰਿਵਰਤਨ 40 ਅਤੇ ਆਮਦਨ ਵਿੱਚ ਪਰਿਵਰਤਨ ਕਿੰਨਾ ਸੀਗਾ ਸਾਡਾ? 100। ਕਿੰਨਾ ਆ ਗਿਆ? 0.4। ਉਸ ਤੋਂ ਬਾਅਦ ਸਾਡੀ ਆਮਦਨ ਹੋ ਗਈ 200 ਕਰੋੜ ਰੁਪਏ ਤੋਂ ਵੱਧ ਕੇ 300 ਕਰੋੜ ਰੁਪਏ। ਫਿਰ ਸਾਡੀ ਆਮਦਨ ਦੇ ਵਿੱਚ 100 ਕਰੋੜ ਰੁਪਏ ਦਾ ਹੀ ਪਰਿਵਰਤਨ ਆਇਆ। ਹੁਣ ਅਸੀਂ ਉਪਭੋਗ ਦੇ ਉੱਪਰ ਕਿੰਨਾ ਖਰਚ ਕਰ ਰਹੇ ਹੋ? 150। ਉਪਭੋਗ ਦੇ ਵਿੱਚ ਕਿੰਨੀ ਤਬਦੀਲੀ ਆਈ ਹੈ? ਦੇਖੋ ਪਹਿਲਾਂ 120 ਸੀ, ਹੁਣ ਕਿੰਨੇ? 150। 30 ਕਰੋੜ ਰੁਪਏ ਆ ਗਏ। ਸਾਡੀ ਸੀਮਾਂਤ ਭੋਗ ਪ੍ਰਵਿਰਤੀ ਕਿੰਨੀ ਹੋ ਗਈ ਹੈ? ਸਾਡੇ ਕੋਲ 0.4 ਆ ਗਈ ਹੈਗੀ ਹੈ। ਇਹ ਸੀਗਾ ਬੱਚਿਓ ਸ਼ਡਿਊਲ। ਇਸ ਨੂੰ ਹੀ ਅਸੀਂ ਡਾਇਗ੍ਰਾਮ 'ਚ ਦੇਖੀਏ। OX 'ਤੇ ਅਸੀਂ ਆਮਦਨ ਲਈ ਹੈ ਅਤੇ OY 'ਤੇ ਕੀ ਹੈ ਸਾਡਾ? ਉਪਭੋਗ ਹੈਗਾ। ਜਦੋਂ ਆਮਦਨ ਸਾਡੀ 100 ਕਰੋੜ ਹੈ ਤਾਂ ਤੁਸੀਂ ਉਪਭੋਗ 'ਤੇ ਕਿੰਨਾ ਖਰਚ ਕੀਤਾ ਸੀ? 80। ਆਮਦਨ ਵੱਧ ਕੇ 100 ਕਰੋੜ ਤੋਂ 200 ਕਰੋੜ ਰੁਪਏ ਹੋ ਗਈ ਹੈ। ਦੇਖੋ ΔY ਇਜ਼ ਇਕੁਅਲ 100। ਮੀਨ ਸਾਡੇ ਆਮਦਨ ਦੇ ਵਿੱਚ ਕਿੰਨਾ ਪਰਿਵਰਤਨ ਹੋਇਆ? 100 ਦਾ। ਜਦੋਂ ਆਮਦਨ ਸਾਡੀ 200 ਕਰੋੜ ਰੁਪਇਆ ਹੋ ਜਾਂਦੀ ਹੈ, ਉਪਭੋਗ ਕਿੰਨਾ ਹੋ ਗਿਆ? 120। ਸਾਡੇ ਉਪਭੋਗ ਦੇ ਵਿੱਚ ਕਿੰਨਾ ਪਰਿਵਰਤਨ ਆਇਆ? ΔC ਕਿੰਨਾ ਆਇਆ? 40। ਦੇਖੋ ΔC ਸਾਡੇ ਕੋਲ 40 ਹੈ। ਤਾਂ ਅਸੀਂ ਦੇਖਦੇ ਹਾਂ ਇਹ ਪੁਆਇੰਟ 'ਤੇ ਸਾਡੀ ਜਿਹੜੀ ਹੈਗੀ ਹੈ MPC ਕਿੰਨੀ ਆ ਰਹੀ ਸੀ ਬੱਚਿਓ? 0.4 ਆ ਰਹੀ ਸੀਗੀ। ਇਸ ਤਰ੍ਹਾਂ ਸਾਡੇ ਕੋਲ ਜਿਹੜੀ ਹੈਗੀ ਹੈ MPC 0.4 ਹੈਗੀ ਹੈ। ਜੇ ਅਸੀਂ ਇਹਨਾਂ ਨੂੰ ਮਿਲਾ ਦਾਂਗੇ ਸਾਡੇ ਕੋਲ CC ਰੇਖਾ, ਉਪਭੋਗ ਰੇਖਾ ਇਹ ਬਣ ਜਾਏਗੀ। ਇਹ ਸੀ MPC ਮਾਰਜਨਲ ਪ੍ਰਪੈਂਸਿਟੀ ਟੂ ਕੰਜ਼ਿਊਮ ਦਾ ਸ਼ਡਿਊਲ ਔਰ ਡਾਇਗ੍ਰਾਮ। ਨੈਕਸਟ ਅਸੀਂ ਕਰਦੇ ਹਾਂ ਬੱਚਤ ਪ੍ਰਵਿਰਤੀ। ਬੱਚੋ ਜਿਵੇਂ ਅਸੀਂ ਆਮਦਨ ਦੇ ਵਿੱਚੋਂ ਖਰਚ ਕੀਤਾ ਅਤੇ ਉਸਨੂੰ ਅਸੀਂ ਕੀ ਕਹਿੰਦੇ ਹਾਂ? ਉਪਭੋਗ। ਉਪਭੋਗ ਦੇ ਅਸੀਂ ਦੋ ਹਿੱਸਿਆਂ 'ਚ ਡਿਵਾਈਡ ਕੀਤਾ, ਐਵਰੇਜ ਪ੍ਰਪੈਂਸਿਟੀ ਟੂ ਕੰਜ਼ਿਊਮ ਅਤੇ ਮਾਰਜਿਨਲ ਪ੍ਰਪੈਂਸਿਟੀ ਟੂ ਕੰਜ਼ਿਊਮ। ਇਸ ਤਰ੍ਹਾਂ ਹੀ ਅਸੀਂ ਆਪਣੇ ਆਮਦਨ ਦੇ ਵਿੱਚੋਂ
ਜਿਹੜਾ ਖਰਚ ਕਰ ਲੈਂਦੇ ਹਾਂ ਬਾਕੀ ਉਸਦੇ ਵਿੱਚੋਂ ਅਸੀਂ ਬੱਚਤ ਕਰਨੀ ਸ਼ੁਰੂ ਕਰ ਦਿੰਦੇ ਹਾਂ। ਬੱਚਤ ਅਸੀਂ ਕਿੱਥੋਂ ਕਰਦੇ ਹਾਂ? ਇਹ ਵੀ ਅਸੀਂ ਆਮਦਨ ਦੇ ਵਿੱਚੋਂ ਹੀ ਕਰਦੇ ਹੈਗੇ ਹਾਂ। ਬੱਚਤ ਪ੍ਰਵਿਰਤੀ ਕੀ ਹੈ ਕਿ ਆਮਦਨ ਦੇ ਅਲੱਗ ਅਲੱਗ ਪੱਧਰਾਂ ਦੇ ਉੱਪਰ ਬੱਚਤ ਅਤੇ ਆਮਦਨ ਦਾ ਅਨੁਪਾਤ ਹੁੰਦੀ ਹੈ। ਇਸ ਤਰ੍ਹਾਂ ਹੀ ਬੱਚਤ ਪ੍ਰਵਿਰਤੀ ਦੀਆਂ ਵੀ ਦੋ ਕਿਸਮਾਂ ਹੁੰਦੀਆਂ, ਔਸਤ ਬੱਚਤ ਪ੍ਰਵਿਰਤੀ ਅਤੇ ਦੂਸਰੀ ਕਿਹੜੀ ਹੈ, ਸੀਮਾਂਤ ਬੱਚਤ ਪ੍ਰਵਿਰਤੀ। APS ਐਵਰੇਜ ਪ੍ਰਪੈਂਸਿਟੀ ਟੂ ਸੇਵ ਇਜ਼ ਇਕੁਅਲ ਐਸ ਓਵਰ ਵਾਈ, ਮਾਰਜਿਨਲ ਪ੍ਰਪੈਂਸਿਟੀ ਟੂ ਸੇਵ ਇਜ਼ ਇਕੁਅਲ ਡੈਲਟਾ ਐਸ ਓਵਰ ਡੈਲਟਾ ਵਾਈ। ਅੱਗੇ ਇਸਨੂੰ ਆਪਾਂ ਸ਼ਡਿਊਲ ਅਤੇ ਡਾਇਗਰਾਮ ਦੇ ਵਿੱਚ ਦੋਨਾਂ ਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਔਸਤ ਬੱਚਤ ਪ੍ਰਵਿਰਤੀ। ਔਸਤ ਬੱਚਤ ਪ੍ਰਵਿਰਤੀ ਕਿਸ ਨੂੰ ਕਹਿੰਦੇ ਹੈ ਕਿ ਜੋ ਸਾਡੀ ਆਮਦਨ ਦਾ ਇੱਕ ਵਿਸ਼ੇਸ਼ ਪੱਧਰ ਹੁੰਦਾ ਹੈ ਉਸਦੇ ਉੱਪਰ ਕਿੰਨੀ ਬੱਚਤ ਕੀਤੀ ਜਾਂਦੀ ਹੈ, ਦੋਨਾਂ ਦੇ ਅਨੁਪਾਤ ਨੂੰ ਕੀ ਕਿਹਾ ਜਾਂਦਾ ਹੈਗਾ, ਔਸਤ ਬੱਚਤ ਪ੍ਰਵਿਰਤੀ ਕਿਹਾ ਜਾਂਦਾ ਹੈ। ਇਸ ਦਾ ਫਾਰਮੂਲਾ ਕੀ ਹੈ ਸਾਡੇ ਕੋਲ, ਔਸਤ ਬੱਚਤ ਪ੍ਰਵਿਰਤੀ ਇਜ਼ ਇਕੁਅਲ ਐਸ ਓਵਰ ਵਾਈ, ਮੀਨਸ ਬੱਚਤ ਬਟਾ ਆਮਦਨ, ਸੇਵਿੰਗ ਬਟਾ ਕੀ ਆ ਗਈ ਸਾਡੇ ਕੋਲ, ਇਨਕਮ ਆ ਗਈ ਹੈਗੀ ਹੈ। ਅੱਗੇ ਬੱਚਿਓ ਇਸਦਾ ਪਹਿਲੇ ਸ਼ਡਿਊਲ ਦੇਖੀਏ। ਆਮਦਨ ਦੇਖੋ 100 ਕਰੋੜ ਰੁਪਇਆ, 100 ਕਰੋੜ ਦੇ ਵਿੱਚੋਂ ਤੁਸੀਂ 80 ਕਰੋੜ ਰੁਪਇਆ ਉਪਭੋਗਤੇ ਖਰਚ ਕਰ ਲਿਆ, ਬਾਕੀ ਅਸੀਂ 20 ਕਰੋੜ ਦੀ ਕੀ ਕਰ ਲਈ ਹੈ, ਬੱਚਤ ਕਰ ਲਈ ਹੈ। ਔਸਤ ਬੱਚਤ ਪ੍ਰਵਿਰਤੀ ਦਾ ਕੀ ਫਾਰਮੂਲਾ ਹੈ, ਐਸ ਬਟਾ ਵਾਈ, ਮੀਨਸ ਬੱਚਤ ਬਟਾ ਆਮਦਨ, 20/100 ਕਿੰਨਾ ਆ ਗਿਆ, 0.2 ਆ ਗਿਆ ਹੈਗਾ। ਆਮਦਨ ਜਦੋਂ ਵੱਧ ਕੇ ਸਾਡੀ 200 ਕਰੋੜ ਰੁਪਇਆ ਹੋ ਜਾਂਦੀ ਹੈ ਉਸਦੇ ਵਿੱਚੋਂ ਅਸੀਂ 80 ਕਰੋੜ ਦੀ ਬੱਚਤ ਕਰਦੇ ਹਾਂ, ਮੀਨਸ 120 ਰੁਪਇਆ ਅਸੀਂ ਭੋਗ 'ਤੇ ਖਰਚ ਕੀਤਾ, ਤਾਂ ਸਾਡੇ ਕੋਲ ਔਸਤ ਭੋਗ ਪ੍ਰਵਿਰਤੀ ਦਾ ਕੀ ਫਾਰਮੂਲਾ ਬਣ ਗਿਆ ਹੈਗਾ, ਬੱਚਤ ਬਟਾ ਸਾਡੇ ਕੋਲ ਕੀ ਆ ਗਈ ਹੈਗੀ ਹੈ, ਬੱਚਤ ਬਟਾ ਆਮਦਨ ਆ ਗਈ ਹੈ 80/200, 0.4। ਇਸ ਦਾ ਅਸੀਂ ਡਾਇਗ੍ਰਾਮ ਦੇਖੀਏ, ਓ ਐਕਸ 'ਤੇ ਅਸੀਂ ਆਮਦਨ ਲਈ ਵੀ ਹੈ ਅਤੇ ਓ ਵਾਈ 'ਤੇ ਕਿਹਾ ਸਾਡੀ ਬੱਚਤ ਹੈ। ਬੱਚਿਓ ਬੱਚਤ ਹੈ ਜਿਹੜੀ ਸਾਡੀ, ਉਹ ਅਸੀਂ ਦੇਖਿਆ ਡਾਇਗ੍ਰਾਮ ਦੇ ਵਿੱਚ ਰਿਣਾਤਮਕ ਵੀ ਹੁੰਦੀ ਹੈ। ਰਿਣਾਤਮਕ ਕਦੋਂ ਹੋਏਗੀ, ਜਦੋਂ ਤੁਸੀਂ ਉਪਭੋਗ ਦੇ ਉੱਪਰ ਜ਼ਿਆਦਾ ਖਰਚ ਕਰਦੇ ਹੋ ਅਤੇ ਬੱਚਤ ਹੈ ਜਿਹੜੀ ਤੁਸੀਂ ਨਹੀਂ ਕਰਦੇ। ਇਸ ਕਰਕੇ ਜਿਹੜੀ ਸਾਡੀ ਬੱਚਤ ਰੇਖਾ ਹੈ ਉਹ ਰਿਣਾਤਮਕ ਵੀ ਹੋ ਜਾਂਦੀ ਹੈ, ਪਰ ਉਪਭੋਗ ਕਦੇ ਵੀ ਸਾਡਾ ਰਿਣਾਤਮਕ ਨਹੀਂ ਹੁੰਦਾ। ਜਦੋਂ ਸਾਡੀ 100 ਕਰੋੜ ਰੁਪਏ ਦੀ ਆਮਦਨ ਸੀ, ਬੱਚਤ 'ਤੇ ਕਿੰਨਾ ਖਰਚ ਕੀਤਾ, 20 ਕਰੋੜ ਰੁਪਇਆ, ਅਤੇ ਅਸੀਂ ਦੇਖਦੇ ਹਾਂ ਸਾਡੇ ਕੋਲ ਔਸਤ ਬੱਚਤ ਪ੍ਰਵਿਰਤੀ ਕਿੰਨੀ ਸੀ, 0.2। ਜੇ 200 ਕਰੋੜ ਰੁਪਇਆ ਤੁਸੀਂ ਆਮਦਨ ਹੋਈ ਅਤੇ ਬੱਚਤ ਕਿੰਨੀ ਕੀਤੀ ਸੀ ਆਪਾਂ ਨੇ, 80, ਔਸਤ ਬੱਚਤ ਪ੍ਰਵਿਰਤੀ ਕਿੰਨੀ ਆ ਗਈ ਸੀ, 0.4 ਆ ਗਈ ਸੀ। ਬੱਚਿਓ ਇਹ ਸਾਡੀ ਬਣ ਗਈ ਹੈ ਬੱਚਤ ਰੇਖਾ, ਇਹ ਸੀਗਾ ਔਸਤ ਬੱਚਤ ਪ੍ਰਵਿਰਤੀ। ਇਹ ਤੁਸੀਂ ਡਾਇਗ੍ਰਾਮ ਔਰ ਸ਼ਡਿਊਲ ਆਪਣੀਆਂ ਕਾਪੀਆਂ 'ਤੇ ਨਾਲ ਨਾਲ ਉਤਾਰਦੇ ਰਹੋ। ਅੱਗੇ ਸੀਮਾਂਤ ਬੱਚਤ ਪ੍ਰਵਿਰਤੀ। ਸੀਮਾਂਤ ਬੱਚਤ ਪ੍ਰਵਿਰਤੀ ਬੱਚਿਓ ਕੀ ਹੈ ਕਿ ਆਮਦਨ ਦੇ ਵਿੱਚ ਜਦੋਂ ਤਬਦੀਲੀ ਆਏਗੀ ਤਾਂ ਸਾਡੀ ਬੱਚਤ ਦੇ ਵਿੱਚ ਵੀ ਤਬਦੀਲੀ ਆਏਗੀ। ਜੋ ਦੋਨਾਂ ਦੀ ਤਬਦੀਲੀ ਦਾ ਅਨੁਪਾਤ ਹੈ ਉਸਨੂੰ ਕੀ ਕਿਹਾ ਜਾਂਦਾ ਹੈ, ਸੀਮਾਂਤ ਬੱਚਤ ਪ੍ਰਵਿਰਤੀ ਕਿਹਾ ਜਾਂਦਾ ਹੈ। ਸਾਡੇ ਕੋਲ ਫਾਰਮੂਲਾ ਕੀ ਹੈ, ਮਾਰਜਿਨਲ ਪ੍ਰਪੈਂਸਿਟੀ ਟੂ ਸੇਵ ਇਜ਼ ਇਕੁਅਲ ਡੈਲਟਾ ਐਸ ਓਵਰ ਡੈਲਟਾ ਵਾਈ, ਮੀਨਸ ਸੀਮਾਂਤ ਬੱਚਤ ਪ੍ਰਵਿਰਤੀ ਕਿਹਦੇ ਬਰਾਬਰ ਹੈ, ਬੱਚਤ ਵਿੱਚ ਤਬਦੀਲੀ ਬਟਾ ਆਮਦਨ ਦੇ ਵਿੱਚ ਤਬਦੀਲੀ। ਦੇਖੋ ਆਮਦਨ ਸਾਡੇ ਕੋਲ ਕਿੰਨੀ ਹੈ, 100 ਕਰੋੜ ਰੁਪਇਆ। ਆਮਦਨ ਵਿੱਚ ਪਰਿਵਰਤਨ ਸਾਡੇ ਕੋਈ ਨਹੀਂ ਹੈ, ਇਸ ਦੇ ਵਿੱਚੋਂ ਤੁਸੀਂ ਬੱਚਤ ਕਿੰਨੀ ਕਰਦੇ ਹੋ, 20 ਕਰੋੜ ਦੀ ਕਰਦੇ ਹੋ, ਬੱਚਤ ਵਿੱਚ ਪਰਿਵਰਤਨ ਇਸ ਤੋਂ ਪਹਿਲਾਂ ਕੋਈ ਨਹੀਂ, ਅਤੇ MPC ਵੀ ਸਾਡੀ ਕੀ ਹੈਗੀ ਹੈ, ਨੀਲ ਹੈਗੀ ਹੈ। ਜੇ ਸਾਡੀ ਆਮਦਨ 100 ਕਰੋੜ ਤੋਂ ਵੱਧ ਕੇ 200 ਕਰੋੜ ਹੋ ਜਾਂਦੀ ਹੈ, ਬੱਚਿਓ ਸਾਨੂੰ ਪਤਾ ਜਦੋਂ ਸਾਡੀ ਆਮਦਨ ਦੇ ਵਿੱਚ ਪਰਿਵਰਤਨ ਆਏਗਾ ਤਾਂ ਸਾਡੀ ਬੱਚਤ ਵਿੱਚ ਵੀ ਪਰਿਵਰਤਨ ਆਏਗਾ। ਜਦੋਂ 200 ਕਰੋੜ ਰੁਪਇਆ
ਸਾਡੀ ਆਮਦਨ ਹੋ ਜਾਂਦੀ ਹੈ, ਕਿੰਨਾ ਪਰਿਵਰਤਨ ਆਇਆ? ਪਹਿਲਾਂ 100 ਸੀ, ਹੁਣ ਕਿੰਨੀ ਹੈ? 200। ਕਿੰਨੀ ਚੇਂਜ ਆਈ ਹੈ? 100 ਕਰੋੜ ਰੁਪਏ ਦੀ ਬੱਚਤ। ਪਹਿਲਾਂ 20 ਕਰਦੇ ਸੀ, ਹੁਣ ਕਿੰਨੀ ਕਰ ਰਹੇ ਹੋ? 80। ਅਤੇ ਬੱਚਤ ਵਿੱਚ ਪਰਿਵਰਤਨ ਕਿੰਨਾ ਆਇਆ ਸਾਡੇ ਕੋਲ? 60 ਕਰੋੜ ਦਾ ਪਰਿਵਰਤਨ ਆਇਆ ਹੈਗਾ। ਅਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਕੋਲ ਸੀਮਾਂਤ ਬੱਚਤ ਪ੍ਰਵਿਰਤੀ ਕਿੰਨੀ ਆ ਗਈ ਹੈ ਬੱਚਿਓ? 60/100, ਕਿਉਂਕਿ ਸਾਡਾ ਫਾਰਮੂਲਾ ਕੀ ਹੈ? ਬੱਚਤ ਵਿੱਚ ਪਰਿਵਰਤਨ ਬਟਾ ਆਮਦਨ ਦੇ ਵਿੱਚ ਪਰਿਵਰਤਨ ਕੀ ਹੋ ਗਿਆ? 0.6। ਇਸ ਤਰ੍ਹਾਂ ਨੈਕਸਟ, 200 ਤੋਂ ਵੱਧ ਕੇ 300 ਕਰੋੜ ਰੁਪਏ ਦੀ ਆਮਦਨ ਹੋ ਗਈ ਹੈ। ਫਿਰ ਪਰਿਵਰਤਨ ਸਾਡਾ 100 ਕਰੋੜ ਦਾ ਹੋਇਆ। ਹੁਣ ਅਸੀਂ ਬੱਚਤ ਆਪਣੀ ਵਧਾ ਦਿੱਤੀ ਹੈ, ਕਿਉਂ? ਕਿਉਂਕਿ ਸਾਡੀ ਆਮਦਨ ਵੱਧ ਗਈ ਹੈਗੀ ਹੈ। 80 ਤੋਂ ਹੁਣ 80 ਕਰੋੜ ਰੁਪਏ ਤੋਂ ਬੱਚਤ ਅਸੀਂ ਕਿੰਨੀ ਕਰਤੀ ਹੈਗੀ ਹੈ? 150 ਕਰੋੜ ਕਰ ਦਿੱਤੀ ਹੈਗੀ ਹੈ। ਅਤੇ ਬੱਚਤ ਦੇ ਵਿੱਚ ਕਿੰਨਾ ਪਰਿਵਰਤਨ ਆਇਆ? 70 ਕਰੋੜ ਦਾ। ਸਾਡੀ MPS ਕਿੰਨੀ ਹੋ ਗਈ ਹੈ? 0.7 ਹੋ ਗਈ ਹੈ। ਇਸ ਨੂੰ ਵੀ ਬੱਚਿਓ ਅਸੀਂ ਡਾਇਗਰਾਮ ਦੇ ਵਿੱਚ ਦੇਖਦੇ ਹਾਂ ਕਿ OX 'ਤੇ ਅਸੀਂ ਆਮਦਨ ਲਈ ਹੈਗੀ ਹੈ, OY 'ਤੇ ਕੀ ਲਈ ਹੈ? ਬੱਚਤ ਲਈ ਹੈਗੀ ਹੈ। ਸ਼ੁਰੂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਸਾਡੀ ਆਮਦਨ 200 ਕਰੋੜ ਸੀਗੀ, ਪਹਿਲੇ ਸਾਡੇ ਕੋਲ 100 ਕਰੋੜ ਸੀਗੀ, ਤਾਂ ਅਸੀਂ ਕਿੰਨੀ ਖਰਚ ਕਰਦੇ ਸੀਗੇ? ਬੱਚਤ ਸਾਡੇ ਕੋਲ 20 ਸੀਗੀ। ਅਤੇ ਜਦੋਂ ਆਮਦਨ ਦੇ ਵਿੱਚ ਤਬਦੀਲੀ ਕਿੰਨੀ ਆ ਗਈ? 100 ਕਰੋੜ ਦੀ ਆ ਗਈ ਹੈਗੀ ਹੈ। ਤਾਂ ਆਮਦਨ ਦੇ ਵਿੱਚ ਤਬਦੀਲੀ, ਜਦੋਂ 100 ਕਰੋੜ ਦੀ ਸਾਡੀ ਤਬਦੀਲੀ ਆਈ ਸੀ, ਤਾਂ ਬੱਚਤ ਦੇ ਵਿੱਚ ਕਿੰਨੀ ਤਬਦੀਲੀ ਆਈ ਸੀ ਸਾਡੀ? 60 ਤਬਦੀਲੀ ਆਈ ਸੀ। ਸਾਡੀ MPS ਕੀ ਬਣ ਗਈ ਸੀ? 0.6 ਬਣ ਗਈ ਸੀ। ਇਸ ਤਰ੍ਹਾਂ ਬੱਚਿਓ SS ਰੇਖਾ, ਇਹ ਸਾਡੀ ਬੱਚਤ ਰੇਖਾ ਬਣ ਗਈ ਹੈਗੀ ਹੈ। ਸੀਮਾਂਤ ਬੱਚਤ ਪ੍ਰਵਿਰਤੀ ਮੀਨਸ ਜਦੋਂ ਆਮਦਨ ਵਿੱਚ ਤਬਦੀਲੀ ਆਉਂਦੀ ਹੈ, ਤਾਂ ਸਾਡੇ ਬੱਚਤ ਵਿੱਚ ਵੀ ਤਬਦੀਲੀ ਹੈ ਜਿਹੜੀ ਉਹ ਆਉਂਦੀ ਹੈ। ਅਸੀਂ ਹੁਣ ਦੋਨਾਂ ਦਾ, ਇਹਨਾਂ ਦਾ ਸੰਬੰਧ ਪੜ੍ਹਨਾ ਹੈ, ਔਸਤ ਭੋਗ ਪ੍ਰਵਿਰਤੀ ਅਤੇ ਔਸਤ ਬੱਚਤ ਪ੍ਰਵਿਰਤੀ। ਇਹਨਾਂ ਦੇ ਫਾਰਮੂਲੇ ਤੁਸੀਂ ਆਪਣੇ ਨੋਟ ਕੀਤੇ ਹੋਵੋਗੇ ਕਿ ਸਾਡੇ ਪਾਸ ਜਿਹੜੀ ਔਸਤ ਉਪਭੋਗ ਰੇਖਾ, ਐਵਰੇਜ ਪ੍ਰਪੈਂਸਿਟੀ ਟੂ ਕੰਜ਼ਿਊਮ, ਉਹਦਾ ਕੀ ਫਾਰਮੂਲਾ ਸੀ? C/Y। ਅਤੇ ਐਵਰੇਜ ਪ੍ਰਪੈਂਸਿਟੀ ਟੂ ਸੇਵ ਦਾ ਕੀ ਫਾਰਮੂਲਾ ਸੀ? S/Y। ਬੱਚਿਓ ਸਾਨੂੰ ਪਤਾ ਹੈ ਕਿ ਅਸੀਂ ਆਮਦਨ ਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ। ਕਿਸ ਕਿਸ ਦੇ ਵਿੱਚ? ਉਪਭੋਗ ਅਤੇ ਬੱਚਤ ਦੇ ਵਿੱਚ ਵੰਡਦੇ ਹੈਗੇ ਹਾਂ। ਜੇਕਰ ਬੱਚਿਓ ਇਹ ਸਾਡੀ ਇਜ਼ ਇਕੁਅਲ ਤੋਂ ਲੈਫਟ ਸਾਈਡ ਹੈ, ਇਹ ਕੀ ਹੈ? ਸਾਡੀ ਰਾਈਟ ਸਾਈਡ ਹੈ। ਜੇਕਰ ਅਸੀਂ ਲੈਫਟ ਸਾਈਡ ਦੋਨਾਂ ਦੀ ਔਰ ਰਾਈਟ ਸਾਈਡ ਦੋਨਾਂ ਦੀ ਪਲੱਸ ਕਰ ਦਈਏ, ਤਾਂ ਸਾਡੇ ਕੋਲ ਕੀ ਆ ਜਾਏਗਾ? ਦੇਖੋ, APC ਔਰ APS, ਇੱਥੇ ਬੱਚਿਓ APC ਹੈ ਔਰ APS, ਦੋਨਾਂ ਨੂੰ ਪਲੱਸ ਕਰਤਾ, ਕੀ ਬਣ ਗਿਆ? C/Y ਔਰ S/Y। ਅਸੀਂ ਦੋਨਾਂ ਦਾ LCM ਲਿਆ, ਕੀ ਆ ਗਿਆ? Y। Y ਨੂੰ Y 'ਤੇ ਡਿਵਾਈਡ ਕਰਤਾ, ਕਿੰਨਾ ਆ ਗਿਆ? 1। 1 ਨੂੰ C ਨਾਲ ਮਲਟੀਪਲਾਈ ਕਰਕੇ ਕੀ ਆ ਗਿਆ ਸਾਡੇ ਕੋਲ? C ਆ ਗਿਆ। ਇਸ ਤਰ੍ਹਾਂ ਸਾਡੇ ਕੋਲ ਕੀ ਬਣ ਗਿਆ? C+S। ਬੱਚੇ, C+S ਕਿਹਦੇ ਇਜ਼ ਇਕੁਅਲ ਹੁੰਦਾ ਹੈ? Y ਦੇ। ਮੀਨਸ ਆਮਦਨ ਦੇ ਵਿੱਚੋਂ ਅਸੀਂ ਉਪਭੋਗ ਅਤੇ ਬੱਚਤ ਕਰਦੇ ਹਾਂ, ਸਾਡੇ ਕੋਈ ਆ ਜਾਏਗਾ ਇੱਥੇ Y ਆ ਜਾਏਗਾ। Y/Y ਕਿੰਨਾ ਆ ਗਿਆ? ਇਜ਼ ਇਕੁਅਲ 1 ਆ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਹਮੇਸ਼ਾ ਔਸਤ ਉਪਭੋਗ ਪ੍ਰਵਿਰਤੀ ਅਤੇ ਔਸਤ ਬੱਚਤ ਪ੍ਰਵਿਰਤੀ ਕਿਸ ਦੇ ਬਰਾਬਰ ਹੁੰਦੀ ਹੈ? ਸਾਡੇ ਕੋਲ 1 ਦੇ ਬਰਾਬਰ ਹੁੰਦੀ ਹੈ। ਬੱਚਿਓ, ਕਈ ਵਾਰ ਨਮੈਰੀਕਲ ਆ ਜਾਂਦਾ ਕਿ ਔਸਤ ਭੋਗ ਪ੍ਰਵਿਰਤੀ ਦਿੱਤੀ ਵੀ ਹੁੰਦੀ ਹੈਗੀ ਹੈ ਅਤੇ ਤੁਸੀਂ ਔਸਤ ਬੱਚਤ ਪ੍ਰਵਿਰਤੀ ਪਤਾ ਕਰਨੀ ਹੈ, ਤਾਂ ਉਹਦਾ ਕੀ ਫਾਰਮੂਲਾ ਬਣ ਜਾਏਗਾ? ASP। ਔਸਤ ਬੱਚਤ ਪ੍ਰਵਿਰਤੀ ਕਿਵੇਂ ਪਤਾ ਕਰਨੀ ਹੈ? ਅਸੀਂ 1 ਦੇ ਵਿੱਚੋਂ ਔਸਤ ਭੋਗ ਪ੍ਰਵਿਰਤੀ ਨੂੰ ਮਾਈਨਸ ਕਰ ਦਾਂਗੇ। ਇਸ ਤਰ੍ਹਾਂ ਹੀ ਜਦੋਂ APC ਪਤਾ ਕਰਨੀ ਹੈ, ਤਾਂ ਅਸੀਂ ਜਿਹੜੀ ਸਾਡੇ ਕੋਲ ਔਸਤ ਬੱਚਤ ਪ੍ਰਵਿਰਤੀ ਹੈਗੀ ਆ, ਉਸਨੂੰ ਵੀ 1 ਚੋਂ ਮਾਈਨਸ ਕਰ ਦਾਂਗੇ। ਜਿਸ ਤਰ੍ਹਾਂ ਔਸਤ ਭੋਗ ਪ੍ਰਵਿਰਤੀ ਅਤੇ ਔਸਤ ਬੱਚਤ ਪ੍ਰਵਿਰਤੀ ਦੇ ਵਿੱਚ ਸੰਬੰਧ ਹੈ, ਇਸ ਤਰ੍ਹਾਂ ਹੀ ਸੀਮਾਂਤ ਭੋਗ ਪ੍ਰਵਿਰਤੀ ਅਤੇ ਸੀਮਾਂਤ ਬੱਚਤ ਪ੍ਰਵਿਰਤੀ ਦੇ ਵਿੱਚ, ਦੋਨਾਂ ਦੇ ਵਿੱਚ ਵੀ ਸੰਬੰਧ ਹੈਗਾ। ਅਸੀਂ ਦੇਖਦੇ ਹਾਂ ਕਿ MPC ਦਾ ਕੀ ਫਾਰਮੂਲਾ ਸੀ? ਉਪਭੋਗ ਵਿੱਚ ਪਰਿਵਰਤਨ ਬਟਾ ਆਮਦਨ ਵਿੱਚ ਪਰਿਵਰਤਨ। MPS ਦਾ ਕੀ ਫਾਰਮੂਲਾ ਸੀ? ਬੱਚਤ ਵਿੱਚ ਪਰਿਵਰਤਨ ਬਟਾ ਆਮਦਨ ਦੇ ਵਿੱਚ ਪਰਿਵਰਤਨ। ਇਸ ਤਰ੍ਹਾਂ ਹੀ ਬੱਚਿਓ, ਜੇਕਰ ਅਸੀਂ ਇਹਨਾਂ ਦੀ ਵੀ ਲੈਫਟ ਸਾਈਡ ਅਤੇ ਰਾਈਟ ਸਾਈਡ ਦੋਨਾਂ ਨੂੰ ਜੋੜ ਦਾਂਗੇ, ਸਾਡੇ ਕੋਲ ਕੀ ਬਣ ਜਾਏਗਾ? MPC
प्लस एमपीएस मीन सीमांत उपभोग प्रवृत्ति प्लस सीमांत बचत प्रवृत्ति के दे बराबर है, एक दे बराबर है। इस तरह जेकर इस दे विच भी सानू न्यूमेरिकल आ जाए कि सीमांत भोग प्रवृत्ति दिती हुई है तां असी सीमांत बचत प्रवृत्ति पता करनी है तां असी एक चो माइनस कर देंगे। जे असी एमपीसी पता करनी है मीन सीमांत भोग प्रवृत्ति पता करनी है, बचत दिती भी हैगी है तां भी असी एक चो माइनस कर देंगे। ये सीगा बच्चो सीमांत भोग प्रवृत्ति ते सीमांत बचत प्रवृत्ति दे विच संबंध। अगे है निवेश, क्योंकि कुल मांग दे दो तत् हैगे हैं उपभोग ते निवेश। दूसरा तत् आ जाता आपां को निवेश। निवेश की है बच्चो? ओह खर्चा है जो असी पूंजीगत पदार्थां दे उपर खर्च करते हैं, जिवें मशीनां दे उपर खर्च कर लिया, कारखानियां ते खर्च कर लिया, मकाना ते खर्च कर लिया। मीन साढ़े पूंजी स्टॉक दे विच जदों वाधा हुंदा है उसनू की कहा जाता है? निवेश कहा जाता है। क्योंकि जिहड़ी साड़ी बचत हुंदी है जदों असी उसनू किसे काम दे विच लगा देंदे हैगे हैं तां उसनू की कहिंदे हैं? असी निवेश कहिंदे हैं। निवेश अगों दो तरह दा हुंदा है, प्रेरित निवेश ते स्वैचालित निवेश। प्रेरित निवेश में सानू प्रेरणा मिलती है। प्रेरित निवेश दे विच आमदन ते निर्भर करता है साडा। जे साडी आमदन वधन दी संभावना है तां साडा निवेश भी वधेगा। जे सानू यह उम्मीद है कि आमदन साडी नहीं वधनी तां सानू निवेश दी प्रेरणा जिहड़ी उह नहीं मिलेगी। प्रेरित निवेश दे विच बचो लाभ दी मात्रा जिहड़ी निर्भर करदी हैगी है। सानू प्रेरणा तां ही मिलेगी जेकर सानू यह उम्मीद होएगी कि साडी आमदन है जिहड़ी इह वधनी हैगी है। निवेश ते आमदन दे विच जां लाभ दे विच जदों सीधा संबंध हुंदा है उसनू की कहा जाता है? प्रेरित निवेश कहा जाता है। ओ एक्स दे उपर देखो आमदन है, ओ वाई दे उपर निवेश लिया गया है। आमदन जदों साडी ओ एल वन है ते निवेश किन्ने? ओ के वन है। आमदन वधदी है, आमदन वध के ओ एल टू हो जाती है, तो इस दे नाल साडा निवेश भी जिहड़ा वध के किन्ना हो गया? ओ के टू हो गया। आमदन ते निवेश दोनों दे विच केड़ा संबंध है? सीधा संबंध है। इस करके साड़ी निवेश रेखा है जिहड़ी, निवेश रेखा है जिहड़ी ओह साडे को पॉजिटिव स्लोप दी हो जाएगी। अगे बच्चो स्वैचालित निवेश। स्वैचालित निवेश है जिहड़ा इह आमदन ते उत्पादन विच होण वाले परिवर्तना तो बिल्कुल ही सुतंत्र हुंदा है, क्योंकि इस निवेश दे विच सानू कोई प्रेरणा नहीं मिलती लाभ होण दी। इह निवेश सरकार दे द्वारा कीता जांदा है। कई बार असी देखते हैं जदों पूर्ति ज़्यादा हुंदी है मंग है जिहड़ी उह घट हुंदी है। मंग घट होण दे नाल कीमत है जिहड़ी उह घट जाएगी, कीमत घटण दे नाल साडा लाभ घट जाएगा। तां सरकार कोशिश करदी है कि मंग नूं वधाया जावे, तां सरकार है जिहड़ा स्वैचलित निवेश करदी है। इह आई आई रेखा साडी जिहड़ी हैगी है स्थिर रेखा है, पर इस दे विच तब्दीली भी आ जाती है, यह उपर भी शिफ्ट हो सकती है ते नीचे नूं भी, क्योंकि स्वैचलित निवेश है जिहड़ा उह सरकार द्वारा कीता जांदा है। अगे बच्चे निवेश दे निर्धारक तत्। निवेश तो सानू प्राप्त होने वाली आमदन है, जिवें पूंजी दी सीमांत कुशलता है, निवेश दी लागत, ब्याज दी दर है, ते व्यापारक आशावां जो कि सानू कई बार भविख दे विच इह लगानियां पैंदियां कि निवेश तो सानू आमदन ज़्यादा होएगी जां आमदन घट होएगी कि असी निवेश उस तरह करिए। असी सब तो पहला देखते हैं पूंजी दी सीमांत कुशलता। पूंजी दी सीमांत कुशलता की है बच्चो? जदों असी पूंजी दी एक वाधू इकाई लगाते हैं तां जो साड़ी प्रतिफल हुंदा, प्रतिफल दे विच्चों जेकर असी लागत, प्रतिफल मीन्स लाभ, लाभ दे विच्चों अपनी लागत
माइनस कर दिए तो वह की आ जाएगी साढ़े को पूंजी की सीमांत कुशलता आ जाएगी। जिमें कि मान लो असी एक मशीन 2000 रुपए की खरीदी हैगी है, यह उसकी लागत है, पर सानू उस तो लाभ 2500 रुपए का प्राप्त होया। जेकर असी लाभ दे विचों अपनी लागत माइनस कर दिए, 2500 चो 2000 रुपया माइनस कर दिए, तो पूंजी की सीमांत कुशलता कितनी आ जाएगी? 500 रुपया आ जाएगी। पूंजी की सीमांत कुशलता भी बच्चों दो तत्तों पर निर्भर करती है। अनुमानित आमदन, अनुमानित आमदन की हैगी है साड़ी कि जिन्ने साल कोई पूंजी पदार्थ काम करता है हरेक साल उस तो किन्नी किन्नी आमदन प्राप्त होंदी है। जेकर असी उसनू जोड़ दिए तो साढ़े को की आ जाएगी वह अनुमानित आमदन, जिमें पी वाई मीनस अनुमानित आमदन, Q1 + Q2 ये साढ़े को साल है गया। एक साल च किन्नी प्राप्त हुई, दूसरे साल च किन्नी प्राप्त हुई, Qn की है साढ़े को, Qn है गया साढ़े को साल ले लिया भी इन्ने साल एक मशीन है जी वह चलती हैगी है। अगे पूर्ति कीमत, पूर्ति कीमत बचियो असी इसनू जड़ी हैगी है रिप्लेसमेंट कॉस्ट भी कह देंगे। रिप्लेसमेंट कॉस्ट की है? मान लो तुसी 20 मशीन लगाईया भी हैं, 20 मशीन दे विचो थोड़ी एक मशीन खराब हो गई है, तुसी उस तरह की नवी मशीन लेकर आना चाहते हो, तो उसकी लागत जेकर 20000 रुपया आ जाती हैगी है तो उसनू की कहांगे असी? पूर्ति कीमत कहांगे। मीन जो नवी मशीन की लागत है उसनू की कहा जाता है? पूर्ति कीमत कहा जाता है। साढ़े को की है SP इज इक्वल मीन सप्लाई प्राइस, पूर्ति कीमत इज इक्वल PY1 मीन्स परस्पेक्टिव, थोड़ा अनुमानित आमदन एक साल दी। M की है साढ़े को निवेश दी, साढ़े को सीमांत कुशलता है, इस तरह प्लस एक साल दी, दो साल दी, तीन साल दी। N की है साढ़े को मशीन दा यह समाकाल आ जाता है। अगे देखिए साढ़े को की बन जाएगा, यह SP इज इक्वल साढ़े को की आ जाएगा PY/1 + M, इसकी पावर किन्नी आ गई? N आ गई है। मीन्स पूर्ति कीमत के बराबर आ गई है अनुमानित आमदन बटा एक प्लस पूंजी की सीमांत कुशलता, सारे का जिन्ना भी साल है उसका असी पावर ले ली है। असी इस इस तरह भी लिख सकते हैं 1 + M^2 जो N है साढ़े को यह ओवर है, असी उधर ले जाइए लैफ्ट साइड पर मल्टीप्लाई हो जाएगा, मल्टीप्लाई हो गया साढ़े को की बन जाएगा। उस तो बाद SP मल्टीप्लाई हो रहा है, उधर जाके साढ़े को PY का की बन जाएगा? ओवर आ जाएगा। SP साढ़े को ओवर हो गया, PY ओवर कितना आ गया बच्चे? SP आ गया। जां असी इसनों इस तरह भी लिख सकते हैं, इत्थे साढ़े को N जो समाकाल सीगा इसकी पावर सीगी, जेकर असी उसनों उधर लेके जाना होया राइट साइड पर लेके जाना है तो यह साड़ी अंडर रूट दे विच पावर आ जाएगी। इस तरह बच्चों असी निवेश की सीमांत कुशलता किवें पता कर सकते हैं? जेकर अनुमानित आमदन दिती भी है, पूर्ति कीमत दिती भी है मशीन की, तो समाकाल दिता वै असी निवेश की सीमांत कुशलता उस तो पता कर सकते हैं। नैक्सट है ब्याज की दर, जिसनों असी निवेश की लागत भी कह देंगे हैं। ब्याज की दर की है कि जदों भी सानू धन की जरूरत होंगी है, असी किसी को उधार ले लेंदे हैं, तो सानू उस दे लई लागत है जिहड़ी देनी पैंदी है, तो उसनू की कहा जाता है? ब्याज की दर। कई बार साढ़े पास बचत होंगी, असी उस नाल बॉन्ड्स वगैरह खरीद लेंदे हैगे हैं, तो सानू उस तो भी इंट्रस्ट है जिहड़ा प्राप्त हुंदा है। पर जेकर असी अपनी पूंजी किसी काम दे विच लगा दीए तो सानू ब्याज की दर है जिहड़ी नहीं प्राप्त होएगी। तो इस तरह असी देखते हैं जदों भी निवेश करना बचो सानू दो गल्लां ध्यान जरूर रखनिया पैंदियां, एक पूंजी की सीमांत कुशलता मीन्स लाभ, दूसरा ब्याज की दर जिसनू असी निवेश की लागत भी कहते हैं। अगे उद्यमी किन्ना निवेश करेगा? एक पासे असी ये कह दिता कि लाभ भी देखना है, ब्याज की दर भी देखनी है, निवेश
ਉਹ ਕਿਸ ਤਰ੍ਹਾਂ ਕਰੇ, ਕਿਸ ਤਰ੍ਹਾਂ ਦੋਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖੇ। ਜੇਕਰ ਬੱਚਿਓ ਸਾਡੇ ਕੋਲ ਅਨੁਮਾਨਿਤ ਆਮਦਨ ਹੈ ਜਿਹੜੀ ਵਿਆਜ ਦੀ ਦਰ ਤੋਂ ਜ਼ਿਆਦਾ, ਮੀਨਸ ਜੋ ਲਾਭ ਹੈ ਵਿਆਜ ਦੀ ਦਰ ਤੋਂ ਜ਼ਿਆਦਾ, ਤਾਂ ਨਿਵੇਸ਼ ਦੇ ਵਿੱਚ ਵਾਧਾ ਹੋਵੇਗਾ। ਪਰ ਜੇ ਸਾਡੀ ਆਮਦਨ ਘੱਟ ਹੈ, ਵਿਆਜ ਦੀ ਦਰ ਉੱਚੀ ਹੈਗੀ ਹੈ, ਤਾਂ ਨਿਵੇਸ਼ ਦੇ ਵਿੱਚ ਕਮੀ ਹੋ ਜਾਏਗੀ। ਇਸ ਤਰ੍ਹਾਂ ਸਾਨੂੰ ਵਿਆਜ ਦੀ ਦਰ ਅਤੇ ਲਾਭ ਜਿਹੜਾ ਉਸਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਪਵੇਗਾ। MEC ਮਾਰਜਿਨਲ ਐਫੀਸ਼ੈਂਸੀ ਆਫ ਕੈਪੀਟਲ ਇਜ਼ ਗ੍ਰੇਟਰ ਦੈਨ ਆਰ, ਮੀਨਸ ਪੂੰਜੀ ਦੀ ਸੀਮਾਂਤ ਕੁਸ਼ਲਤਾ ਜੇਕਰ ਵਿਆਜ ਦੀ ਦਰ ਤੋਂ ਜ਼ਿਆਦਾ, ਆਰ ਮੀਨਸ ਵਿਆਜ ਦੀ ਦਰ ਰੇਟ ਆਫ ਇੰਟਰਸਟ, ਤਾਂ ਨਿਵੇਸ਼ ਕੀਤਾ ਜਾਏਗਾ। ਜੇਕਰ ਬੱਚਿਓ ਵਿਆਜ ਦੀ ਦਰ ਜ਼ਿਆਦਾ ਪਰ ਲਾਭ ਘੱਟ ਪ੍ਰਾਪਤ ਹੁੰਦਾ, ਤਾਂ ਨਿਵੇਸ਼ ਹੈ ਜਿਹੜਾ ਅਸੀਂ ਨਹੀਂ ਕਰਾਂਗੇ, ਕਿਉਂਕਿ ਜੇਕਰ ਕਿਸੇ ਕੋਲੋਂ ਉਧਾਰ ਫੜਨਾ ਪੈਸਾ, ਸਾਨੂੰ ਲਾਭ ਤਾਂ ਉਨਾ ਪ੍ਰਾਪਤ ਨਹੀਂ ਹੋ ਰਿਹਾ ਪਰ ਵਿਆਜ ਦੀ ਦਰ ਜ਼ਿਆਦਾ ਦੇਣੀ ਪੈਂਦੀ ਹੈ, ਤਾਂ ਨਿਵੇਸ਼ ਨਹੀਂ ਕੀਤਾ ਜਾਏਗਾ। ਪਰ ਜੇਕਰ ਦੋਨੋਂ ਚੀਜ਼ਾਂ ਬਰਾਬਰ ਆ ਜਾਂਦੀਆਂ, ਸਾਨੂੰ ਪ੍ਰਾਪਤ ਹੋਣੇ ਵਾਲਾ ਪ੍ਰਤੀਫਲ ਅਤੇ ਰੇਟ ਆਫ ਇੰਟਰਸਟ ਦੋਨੋਂ ਬਰਾਬਰ ਆ ਜਾਂਦੇ ਹੈਗੇ ਹੈ, ਤਾਂ ਅਸੀਂ ਦੇਖਦੇ ਹਾਂ ਇਹ ਸਾਡੇ ਕੋਲ ਅਨਿਸ਼ਚਿਤ ਸਥਿਤੀ ਪੈਦਾ ਹੋ ਜਾਏਗੀ। ਅੱਗੇ ਬੱਚੇ ਉਹ ਡਾਇਗ੍ਰਾਮ ਸਾਡੇ ਕੋਲ ਦੇਖੋ, ਇਹ ਡਾਇਗ੍ਰਾਮ ਦੇ ਵਿੱਚ ਅਸੀਂ ਅਲੱਗ ਅਲੱਗ ਫਰਮਾਂ ਬਾਰੇ ਦੱਸਿਆ ਅਤੇ ਬੀ ਡਾਇਗ੍ਰਾਮ ਦੇ ਵਿੱਚ ਅਸੀਂ ਸਾਰੀਆਂ ਫਰਮਾਂ ਦੇ ਬਾਰੇ ਵਿੱਚ ਦੱਸਿਆ ਹੈਗਾ। ਉਹ ਐਕਸ 'ਤੇ ਅਸੀਂ ਦੇਖਦੇ ਹੈਗੇ ਹਾਂ ਕਿ ਪਹਿਲੇ ਸਾਡੇ ਕੋਲ ਜਿਹੜਾ ਹੈਗਾ MEC ਸਾਡੇ ਕੋਲ 25 ਹੈ ਬੱਚਿਓ, MEC 25 ਹੈਗੀ ਹੈ ਅਤੇ ਵਿਆਜ ਦੀ ਦਰ ਵੀ ਸਾਡੇ ਕੋਲ ਕਿੰਨੀ ਹੈਗੀ ਹੈ, 25 ਹੈਗੀ ਹੈ ਅਤੇ 5 ਲੱਖ ਦਾ ਜਿਹੜਾ ਹੈਗਾ ਨਿਵੇਸ਼ ਕੀਤਾ ਜਾਂਦਾ। ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ MEC 25 ਅਤੇ ਵਿਆਜ ਦੀ ਦਰ ਦੋਨੋਂ ਹੀ ਬਰਾਬਰ ਆ ਜਾਣ। ਦੂਸਰੀ ਵਾਰ ਜੇਕਰ ਰੇਟ ਆਫ ਇੰਟਰਸਟ 20 ਹੈਗਾ ਸਾਡੇ ਕੋਲ, 20 ਹੈਗਾ, ਤਾਂ MEC ਵੀ ਅਸੀਂ 20 ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੋਨੋਂ ਬਰਾਬਰ ਆ ਜਾਣ। ਇਹ ਤਾਂ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮਾਰਜਿਨਲ ਐਫੀਸ਼ੈਂਸੀ ਆਫ ਕੈਪੀਟਲ ਅਤੇ ਵਿਆਜ ਦੀ ਦਰ ਦੋਨੋਂ ਹੀ ਬਰਾਬਰ ਆ ਜਾਣ। ਇਹ ਸੀਗਾ ਅਲੱਗ ਅਲੱਗ ਫਰਮਾਂ ਦਾ। ਇਸ ਦੇ ਵਿੱਚ ਅਸੀਂ ਸਾਰੀਆਂ ਫਰਮਾਂ ਇਕੱਠੀਆਂ ਕਰ ਲਈਆਂ, ਸਾਨੂੰ ਕੀ ਪਤਾ ਲੱਗਦਾ ਕਿ ਜੇ ਰੇਟ ਆਫ ਇੰਟਰਸਟ ਅਤੇ ਵਿਆਜ, ਰੇਟ ਆਫ ਇੰਟਰਸਟ ਅਤੇ ਮਾਰਜਿਨ ਐਫੀਸ਼ੈਂਸੀ ਆਫ ਕੈਪੀਟਲ ਅਸੀਂ ਦੇਖੀਏ, ਸਾਡੇ ਕੋਲ 20 ਕਰੋੜ ਹੈ ਅਤੇ ਇਨਵੈਸਟਮੈਂਟ ਕਿੰਨੀ ਕੀਤੀ ਜਾਂਦੀ ਹੈ ਸਾਡੇ ਕੋਲ, 10 ਕਰੋੜ ਰੁਪਏ ਦੀ। ਜੇਕਰ ਸਾਡੇ ਕੋਲ ਰੇਟ ਆਫ ਇੰਟਰਸਟ ਘੱਟ ਜਾਂਦਾ, ਤਾਂ ਨਿਵੇਸ਼ ਕੀ ਹੋ ਜਾਂਦਾ ਸਾਡਾ, ਵੱਧ ਜਾਂਦਾ। ਕਿਉਂਕਿ ਨਿਵੇਸ਼ ਅਤੇ ਵਿਆਜ ਦੀ ਦਰ ਦੇ ਵਿੱਚ ਸਾਡੇ ਕੋਲ ਕਿਹੜਾ ਸੰਬੰਧ ਹੈ ਬੱਚਿਓ, ਉਲਟਾ ਸੰਬੰਧ ਹੈਗਾ। ਕਿਉਂਕਿ ਜੇ ਵਿਆਜ ਦੀ ਦਰ ਜ਼ਿਆਦਾ ਹੋਏਗੀ, ਨਿਵੇਸ਼ ਕੀ ਹੋਏਗਾ ਸਾਡੇ ਕੋਲ, ਘੱਟ ਹੋਏਗਾ। ਵਿਆਜ ਦੀ ਦਰ ਸਾਡੇ ਕੋਲ ਘੱਟ ਹੈਗੀ ਹੈ, ਤਾਂ ਨਿਵੇਸ਼ ਹੈ ਸਾਡੇ ਕੋਲ ਜਿਹੜਾ ਹੈਗਾ ਜ਼ਿਆਦਾ ਹੋਏਗਾ। ਇਹ ਆਪਾਂ ਬੱਚਿਓ ਅੱਜ ਪੜ੍ਹਿਆ ਕਿ ਕੁੱਲ ਮੰਗ ਅਤੇ ਕੁੱਲ ਪੂਰਤੀ ਦੇ 2 ਤੱਤ ਸਾਡੇ ਪਾਸ ਕਿਹੜੇ ਕਿਹੜੇ ਸੀ, ਉਪਭੋਗ ਅਤੇ ਨਿਵੇਸ਼। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਏਗਾ, ਘਰ ਜਾ ਕੇ ਤੁਸੀਂ ਇਸ ਨੂੰ ਰਿਵਾਈਜ਼ ਕਰਨਾ। ਧੰਨਵਾਦ।